ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਐਪੀਸੋਡ ਵਿੱਚ ਆਪ ਸਭ ਦਾ ਕਰਦਾ ਹਾਂ ਹਾਰਦਿਕ ਸਵਾਗਤ। ਅੱਜ ਦੇ ਸੈਗਮੈਂਟ ਵਿੱਚ ਅਸੀਂ ਡਾਕਟਰ ਰਘਬੀਰ ਸਿੰਘ ਬੈਂਸ ਨਾਲ ਤੁਹਾਡੀ ਸਾਂਝ ਪਹੁੰਚ ਜਾ ਰਹੇ ਹਾਂ, ਜਿਹੜੇ ਕਿ ਇੱਕ ਮਹੱਤਵਪੂਰਨ ਇਨਫੋਰਮੇਸ਼ਨ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਲਈ ਆਏ ਨੇ। ਹਾਲ ਹੀ ਵਿੱਚ ਇਹ ਪੰਜਾਬ ਗਏ ਸੀ ਅਤੇ ਬਾਰਾਦਾਰੀ ਦੇ ਬਾਰੇ ਸਾਨੂੰ ਸਭ ਨੂੰ ਹੀ ਪਤਾ ਕਿ ਖਡੂਰ ਸਾਹਿਬ ਦੇ ਵਿੱਚ ਜੋ ਇਹ ਬਾਰਾਦਾਰੀ ਹੈ ਇਸ ਦੀ ਬੜੀ ਮਹੱਤਤਾ ਹੈ, ਪਰ ਇਸ ਬਾਰੇ ਕੀ ਲੇਟੈਸਟ ਇਨਫੋਰਮੇਸ਼ਨ ਹੈ, ਕੀ ਕੁਝ ਇਹ ਕਰਕੇ ਆਏ ਨੇ, ਆਓ ਸਾਂਝ ਪਾਉਂਦੇ ਹਾਂ ਡਾਕਟਰ ਰਘਬੀਰ ਸਿੰਘ ਬੈਂਸ ਨਾਲ। ਜੀ ਹਾਂ ਜੀ, ਵੈਲਕਮ ਟੂ ਦ ਪ੍ਰੋਗਰਾਮ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ, ਪੰਜਾਬ ਤਾਂ ਹਰ ਸਾਲ ਹੀ ਤੁਸੀਂ ਜਾਣਦੇ ਹੋ ਉੱਥੇ ਖਡੂਰ ਸਾਹਿਬ ਜੋ ਕੰਮ ਕਰ ਰਹੇ ਨੇ ਉੱਥੇ ਜਾ ਕੇ। ਜੀ ਬਿਲਕੁਲ। ਸੋ ਜਿਹੜਾ ਕੰਮ ਕਰਦੇ ਹੋ ਐਤਕੀ, ਜਿਹੜੀ ਲੇਟੈਸਟ ਡਿਵੈਲਪਮੈਂਟ ਹੈਗੀ ਹੈ, ਇਹ ਬੜੀ ਮਹੱਤਤਾ ਰੱਖਦੀ ਹੈਗੀ। ਹਾਂਜੀ ਹਾਂਜੀ। ਕੀ ਕਰਕੇ ਆਏ ਹੋ ਜੀ? ਪਹਿਲਾਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਖਡੂਰ ਸਾਹਿਬ ਦੇ ਮੁਤਲਕ, ਕਿਉਂਕਿ ਉੱਥੋਂ ਦੀਆਂ ਬਿਲਡਿੰਗਸ ਜਿਹੜੀਆਂ ਹੈਰੀਟੇਜ ਦੀਆਂ ਆ ਜੀ, ਉਹਨਾਂ ਦੀ ਗੱਲ ਦੇ ਨਾਲ ਹੀ ਇਹ ਜੁੜਦੀ ਹੋਏਗੀ। ਠੀਕ ਹੈ। ਖਡੂਰ ਸਾਹਿਬ 8 ਗੁਰੂ ਸਾਹਿਬਾਨ ਦੇ ਪਾਵਨ ਚਰਨ ਛੂਹ ਪ੍ਰਾਪਤ ਧਰਤੀ ਆ ਜੀ। ਇਹ ਡਿਸਟ੍ਰਿਕਟ ਅੰਮ੍ਰਿਤਸਰ 'ਚ ਪਹਿਲਾਂ ਹੁੰਦੀ ਸੀ, ਹੁਣ ਤਰਨ ਤਾਰਨ ਦੇ ਵਿੱਚ ਆ। ਰਾਈਟ। ਅਤੇ ਇਸ ਤਰ੍ਹਾਂ ਇੱਥੇ ਗੁਰੂ ਅੰਗਦ ਸਾਹਿਬ ਜੀ ਨੇ ਵਿੱਦਿਆ ਦਾ, ਪਹਿਲਾਂ ਜਦੋਂ ਗੁਰੂ ਸ਼ਿਪ ਉਹਨਾਂ ਨੂੰ ਮਿਲੀ ਜੀ, ਅਤੇ ਵਿੱਦਿਆ ਦੇ ਦਾਨ ਵਾਸਤੇ ਉਹਨੇ 35 ਅੱਖਰੀ ਜਿਹੜੀ ਆ ਉਹ ਸੁਧਾਈ ਕਰਕੇ ਤੇ ਬਣਾਈ ਜੀ। ਫਿਰ ਉੱਥੇ ਹੀ ਛੋਟਾ ਜਿਹਾ ਕਾਇਦਾ ਜਿੱਥੋਂ ਅਸੀਂ ਪੜ੍ਹਦੇ ਹਾਂ, ਉੜਾਇਡਾ ਜਿਹੜੀ, ਅਤੇ ਫਿਰ ਪਹਿਲਾਂ ਸਕੂਲ ਜਿਹੜਾ ਆ ਜੀ ਉਹ ਉੱਥੇ ਬਣਾਇਆ, ਅਤੇ ਨਾਲ ਹੀ ਮੱਲ ਅਖਾੜਾ, ਸਿਹਤ ਅੱਛੀ ਚਾਹੀਦੀ ਆ, ਠੀਕ, ਲੰਗਰ ਦੀ ਪ੍ਰਥਾ, ਨਸ਼ਿਆਂ ਦੇ ਬਖਲਾਓ। ਅਤੇ ਜਦੋਂ ਉੱਥੇ ਗੁਰੂ ਸਾਹਿਬ ਦਾ ਮਤਲਬ ਆਏ ਆ, ਗੁਰੂ ਸ਼ਿਪ ਮਿਲੀ ਆ, ਅਤੇ ਉਹਨਾਂ ਦੇ ਮਨ ਦੇ ਵਿੱਚ ਇਹ ਸੀਗਾ ਕਿ ਸੰਗਤ ਨੂੰ ਸੰਬੋਧਨ ਕਰਨ ਵਾਸਤੇ ਕੋਈ ਅਸਥਾਨ ਚਾਹੀਦਾ। ਠੀਕ। ਅਤੇ ਜਿਸ ਅਸਥਾਨ ਦੀ ਅਸੀਂ ਹੁਣ ਗੱਲ ਕਰਦੇ ਹਾਂ, 12 ਦਰੀ ਦੀ, ਅਤੇ ਖੂਹੀ ਹੈ ਮਾਤਾ ਖੀਵੀ ਜੀ ਦੀ, ਲੰਗਰ ਹਾਲ ਦੀ। ਅੱਛਾ ਜੀ। ਇਹ ਬੜੀ ਦੇਰ ਤੋਂ ਇਸੇ ਤਰ੍ਹਾਂ ਹੀ ਪਈਆਂ ਸੀਗੀਆਂ, ਇਹ ਕੋਸ਼ਿਸ਼ਾਂ ਹੋਈਆਂ ਕਿ ਇਹਨਾਂ ਦੇ ਉੱਤੇ ਪਲਸਤਰ ਕਰਤਾ ਜਾਵੇ, ਢਾਹ ਕੇ ਨਵੀਂ ਬਿਲਡਿੰਗ ਬਣਾਤੀ ਜਾਵੇ। ਅਤੇ ਮੈਂ 2002 ਦੇ ਵਿੱਚ ਗਿਆ, ਅਤੇ ਮੈਂ ਪਹਿਲਾਂ ਨਹੀਂ ਸੀ ਗਿਆ ਖਡੂਰ ਸਾਹਿਬ ਜੀ। ਅਤੇ ਜਦੋਂ ਗਿਆ ਤਾਂ ਮੇਰੇ ਮਨ ਦੇ ਵਿੱਚ ਆਇਆ ਕਿ ਮੈਂ ਇਹਦੀਆਂ ਬਿਲਡਿੰਗਸ ਤਾਂ ਦੇਖਾਂ। ਅਸਲ ਮੈਂ ਗਿਆ ਸੀਗਾ 2002 ਦੇ ਵਿੱਚ, ਜਦੋਂ ਐਨਸਾਈਕਲੋਪੀਡੀਆ ਆਫ ਸਿੱਖ ਮੇਰਾ ਰਿਲੀਜ਼ ਹੋ ਗਿਆ ਜੀ, ਅਤੇ ਉੱਥੇ ਪਹਿਲਾ ਮਿਊਜ਼ੀਅਮ ਸਿੱਖ ਧਰਮ ਦਾ ਜਿਹੜਾ ਉਹ ਮਲਟੀਮੀਡੀਆ ਦਾ ਲਗਾਉਣਾ ਸੀ। ਠੀਕ। ਅਤੇ ਉਸ ਲਈ ਫਿਰ ਮੈਂ ਇਕੱਲੇ ਇਕੱਲਾ ਗੁਰਦੁਆਰਾ ਸਾਹਿਬ, ਹੋਰ ਇਮਾਰਤਾਂ ਦੇਖੀਆਂ। ਇਹ ਇਮਾਰਤ ਤਪਿਆਣਾ ਸਾਹਿਬ ਗੁਰਦੁਆਰਾ ਸਰੋਵਰ ਆ ਉਹਦੇ ਕੰਢੇ 'ਤੇ ਸੀ। ਅੱਛਾ ਜੀ। ਤਾਂ ਮੇਰੇ ਮਨ 'ਚ ਆਇਆ ਵੀ ਇਹ ਪੁਰਾਣੀਆਂ ਇੱਟਾਂ ਇਹਦੀਆਂ ਜਿਹੜੀਆਂ ਉੱਤੇ ਬਣਤਰ ਆ, ਚੂਨੇ ਦੀ ਹੈ, ਹੋਰ ਹੈ, ਵੀ ਕੋਈ ਪੁਰਾਣੀ ਬਿਲਡਿੰਗ ਹੋਣੀ ਆ। ਤਾਂ ਮੈਂ ਰਿਸਰਚ ਸ਼ੁਰੂ ਕਰਤੀ। ਅੱਛਾ ਜੀ। ਤਾਂ ਰਿਸਰਚ ਕਰਦਿਆਂ ਕਰਦਿਆਂ 15 ਕੁ ਦਿਨਾਂ ਬਾਅਦ ਮੈਂ ਜਦੋਂ ਰਿਸਰਚ ਸ਼ੁਰੂ ਕੀਤੀ, ਇੱਕ ਬੰਦਾ ਆਇਆ ਕਹਿੰਦਾ ਵੀ ਮੈਂ ਸਾਹਿਬ ਉਹ ਬਿਲਡਿੰਗ ਜਿਹੜੀ ਤੁਸੀਂ ਮੰਨ ਕੇ ਆ ਉਹ ਤੇ ਉੱਤੇ ਤਾਂ ਸੀਮੈਂਟ ਹੋਣ ਲੱਗਾ, ਪਲਸਤਰ ਹੋਣ ਲੱਗਾ। ਓਕੇ। ਮੈਂ ਥੋੜ੍ਹਾ ਥੋੜ੍ਹਾ ਗਿਆ, ਜਾ ਕੇ ਮਨ੍ਹਾ ਕੀਤਾ ਬੰਦੇ ਨਾ ਮੰਨਣ, ਕਿਉਂਕਿ ਕਾਰ ਸੇਵਾ ਦੇ ਬੰਦੇ ਸੀਗੇ ਅਤੇ ਕਾਰ ਸੇਵਾ ਦੇ ਕੋਲ ਹੀ ਮੈਂ ਗਿਆ ਸੀਗਾ ਜੀ। ਉਹਨਾਂ ਨੂੰ ਕਰਕੇ ਜੀ ਮਨ੍ਹਾ ਕਰਕੇ, ਤਾਂ ਇਹਦੇ ਵਾਸਤੇ ਫਿਰ ਅਸੀਂ ਲਿਖ ਦਿੱਤਾ ਬਾਬਾ ਸੇਵਾ ਸਿੰਘ ਜੀ ਨੂੰ, ਮੈਂ ਬੇਨਤੀ ਕੀਤੀ, ਅਸੀਂ ਗਵਰਨਮੈਂਟ ਆਫ ਇੰਡੀਆ ਨੂੰ ਦਿੱਤਾ ਵੀ ਇਹ ਹੈਰੀਟੇਜ ਡਿਪਾਰਟਮੈਂਟ ਡਿਕਲੇਅਰ ਕੀਤੀ ਜਾਵੇ, ਠੀਕ ਹੈ, ਇਹਦੀ ਵੇਰੀਫਿਕੇਸ਼ਨ ਕਰਵਾਈ ਜਾਵੇ। ਓਕੇ। ਅਤੇ ਜਦੋਂ ਅਸੀਂ ਇਹ ਲਿਖਿਆ, ਉਹ ਤੋਂ ਬਾਅਦ ਅਸੀਂ ਦਿੱਲੀ ਚਲੇ ਗਏ, ਮੈਂ ਤਾਂ ਬਾਬਾ ਜੀ। 2002 ਦੀ ਗੱਲ ਕਰਦੇ? 2002 ਦੀ। ਅੱਛਾ। ਨਹੀਂ ਨਹੀਂ, ਇਹ 2003 ਦੀ ਆ। 3 ਦੀ। 2002 ਦੇ ਵਿੱਚ ਅਸੀਂ ਚਿੱਠੀ ਲਿਖਤੀ, ਠੀਕ ਹੈ, ਸਾਨੂੰ ਜਵਾਬ ਨਾ ਆਇਆ, ਅਤੇ 2003 ਦੇ ਵਿੱਚ ਅਸੀਂ ਚਲੇ ਗਏ ਦਿੱਲੀ। ਉੱਥੇ ਜਾ ਕੇ ਉਹ ਸਾਨੂੰ ਜਿਹੜਾ ਮਹਿਕਮਾ ਸੀ ਉਹ ਤਾਂ ਸਾਨੂੰ ਲਾਗੇ ਵੀ ਨਾ ਲੱਗਣ ਦਾ, ਕਹਿੰਦਾ ਜੀ ਇੱਦਾਂ ਦੀਆਂ ਬਿਲਡਿੰਗਾਂ ਬਹੁਤ ਤੁਰੀਆਂ ਫਿਰਦੀਆਂ, ਅਸੀਂ ਕਿੱਥੇ ਕਿੱਥੇ ਜਾਵਾਂਗੇ, ਉਹ ਕਰਾਂਗੇ। ਚਲੋ ਠੱਪ ਹੋ ਗਏ। ਉੱਥੋਂ ਫਿਰ ਸਾਡੇ ਮਨ ਦੇ ਵਿੱਚ ਆਇਆ ਇੱਕ ਇਹ ਪੁਰਾਤੱਤਵ ਮਹਿਕਮਾ ਜਿਹੜਾ ਨਾ ਇਹ ਹੈਰੀਟੇਜ ਦਾ, ਇਹ ਪੰਜਾਬ ਦੇ ਵਿੱਚ ਵੀ ਆ। ਓਕੇ। ਅਸੀਂ ਪਟਿਆਲਾ ਚਲੇ ਗਏ, ਉੱਥੇ ਵੀ 2 ਸਾਲ ਸਾਡਾ ਕੇਸ ਚੱਲਦਾ ਆ, ਐਵੇਂ ਸਾਨੂੰ ਗਦੀ ਗੇੜ ਕੇ ਪਾਈ ਰੱਖਿਆ ਜੀ। ਅਤੇ ਉਨੀ ਦੇਰ 'ਚ ਫਾਈਲ ਹੀ ਗੁੰਮ ਹੋ ਗਏ ਗਵਰਨਮੈਂਟ ਆਫ ਇੰਡੀਆ ਦੇ ਵੀ ਅਤੇ ਪਟਿਆਲਾ ਸਰਕਾਰ ਦੇ ਵੀ ਜੀ। ਤਾਂ ਫਿਰ ਮੈਂ ਬਾਬਾ ਜੀ ਨੂੰ ਕਿਹਾ, ਮੈਂ ਕਿਹਾ ਵੀ ਮੇਰੇ ਮਨ ਦੇ ਵਿੱਚ ਆ ਕਿ ਇਹ ਦੁਨੀਆ ਦੀ ਪਹਿਲੀ ਬਿਲਡਿੰਗ ਆ ਗੁਰੂ ਸਾਹਿਬ ਦੇ ਕਾਲ ਦੀ, ਕਿਉਂਕਿ ਹੋਰ ਬਿਲਡਿੰਗਸ ਨਹੀਂ ਸੀਗੀਆਂ। ਅਤੇ ਇਹਦੇ ਮੁਤਲਕ ਸਾਨੂੰ ਇਹਦੀ ਜਿਹੜੀ ਆ ਨਾ ਪਰਮਿਸ਼ਨ ਵੇਰੀਫਿਕੇਸ਼ਨ ਲੈਣੀ ਚਾਹੀਦੀ ਆ ਜੀ। ਚੱਲਦਾ ਰਿਹਾ। ਫਿਰ 6-7 ਵਾਰੀ ਮੈਨੂੰ ਚੰਡੀਗੜ੍ਹ ਆਫਿਸ ਆ, ਕਲਚਰਲ ਅਤੇ ਹੈਰੀਟੇਜ ਡਿਪਾਰਟਮੈਂਟ ਆ ਅਤੇ ਮਿਊਜ਼ੀਅਮਸ ਦਾ ਡਿਪਾਰਟਮੈਂਟ ਆ ਜੀ, ਉਹਨਾਂ ਨੇ ਸਾਨੂੰ 6-7-8 ਸਾਲ ਚੱਕਰ 'ਚ ਪਾਈ ਰੱਖਿਆ। ਅਤੇ 2000 ਮੇਰਾ ਖਿਆਲ ਇਹ 13 ਕੁ ਦੀ ਗੱਲ ਆ, 14 ਦੀ ਗੱਲ। ਅੱਛਾ ਜੀ। ਅਤੇ ਮੈਂ ਉੱਥੇ ਟੈਲੀਫੋਨ ਕੀਤਾ, ਮੈਨੂੰ ਡਾਇਰੈਕਟਰ ਸਾਹਿਬ ਨਾ ਮਿਲੇ, ਇੱਕ ਉੱਥੋਂ ਦਾ ਆਰਕਿਓਲੋਜਿਸਟ ਮਿਲ ਗਿਆ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੌਣ ਹੈ? ਕਹਿੰਦਾ ਮੈਂ ਆਰਕਿਓਲੋਜਿਸਟ ਹਾਂ। ਮੈਂ ਕਿਹਾ ਆਰਕਿਓਲੋਜਿਸਟ ਦਾ ਕੰਮ ਕੀ ਹੁੰਦਾ? ਉਹ ਕਹਿੰਦੇ ਪੁਰਾਣੀਆਂ ਬਿਲਡਿੰਗ ਜਿਹੜੀਆਂ ਉਹ ਵੇਰੀਫਾਈ ਕਰਕੇ ਅਸੀਂ ਦੱਸਦੇ। ਠੀਕ। ਅਤੇ
ਰਜਿੰਦਰ ਸਿੰਘ ਬਾਟ ਉਹਨਾਂ ਦਾ ਨਾਮ। ਅੱਛਾ ਜੀ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਣ ਕੇ ਦੇਖੋ, ਫਾਈਲ ਤੁਹਾਨੂੰ ਮੈਂ ਭੇਜ ਦਿੰਦਾ ਮੇਰੀ ਜਿਹੜੀ ਆਪਣੀ ਫਾਈਲ 'ਚ ਜੀ, ਅਤੇ ਚੈੱਕ ਕਰੋ। ਉਹਦੇ ਨਾਲ ਮੈਂ ਉਹਨਾਂ ਨੂੰ ਇੱਕ ਮੇਰੇ ਮਨ ਦੇ ਵਿੱਚ ਸੀਗਾ ਕਿ ਪਤਾ ਨਹੀਂ ਸਰਕਾਰਾਂ ਕਿੱਦਾਂ ਚੱਲਦੀਆਂ। ਮੈਂ ਕਿਹਾ ਜੀ ਜੇ ਕਹੋ ਤਾਂ ਮੈਂ ਗੱਡੀ ਇੱਥੋਂ ਭੇਜ ਦਿੰਦਾ। ਉਹ ਮੈਨੂੰ ਕਹਿੰਦਾ ਸਰਦਾਰ ਰਘਵੀਰ ਸਿੰਘ ਜੀ, ਤੁਹਾਡੇ ਮੁਤਲਕ ਮੈਂ ਜਾਣਦਾ ਤੁਸੀਂ ਕੀ ਕੰਮ ਕਰਦੇ ਆ, ਤਾਂ ਮੈਨੂੰ ਤੁਸੀਂ ਗੱਡੀ ਭੇਜਣੀ ਆ, ਅੱਗੇ ਵਾਸਤੇ ਗੱਲ ਨਾ ਕਰਿਓ। ਤਾਂ ਮੇਰੇ ਮਨ ਦੇ ਵਿੱਚ ਆ ਗਿਆ ਵੀ ਸਹੀ ਬੰਦਾ ਟੱਕਰ ਗਿਆ ਹੈ, ਹੁਣ ਸਾਡੀ ਮਦਦ ਕਰਿਓ। ਉਹਨਾਂ ਨੇ ਜੀ ਫਿਰ 6-7 ਵਾਰ ਉਹਨਾਂ ਦੀਆਂ ਟੀਮਾਂ ਆਈਆਂ, ਪਰਖ ਕੀਤੀ ਚੂਨੇ ਦੀ ਇੱਟਾਂ, ਇਹ ਲਾਹੌਰੀ ਇੱਟਾਂ ਦੀ ਬਣੀਆਂ। ਅੱਛਾ ਜੀ। ਇਹ ਕੋਈ 1550 ਦੇ ਦਰਮਿਆਨ ਇਹ ਓਕੇ ਬਣੀਆਂ ਜੀ, ਅਤੇ ਉਹਦੇ ਗੁਰੂ ਸਾਹਿਬ ਉੱਥੇ ਸੀਗੇ। ਅਤੇ ਉਹਨੇ ਫਿਰ ਵੇਰੀਫਿਕੇਸ਼ਨ ਕਰਕੇ ਇੱਕ ਕਿਤਾਬਾਂ ਜਿਹੜੀਆਂ 1870 ਦੀ ਕਿਤਾਬ ਉਹਨਾਂ ਨੂੰ ਮਿਲ ਗਈ ਇੰਗਲੈਂਡ ਤੋਂ, ਕਿਸੇ ਗੁਰੂ ਦੀ ਲਿਖੀ ਸੀ, ਉਹਦੇ ਵਿੱਚ ਉਹਨੇ ਸਾਰਾ ਇਹ ਕੱਢ ਕੇ, ਤਾਂ ਉਹਨੇ ਕਿਹਾ ਕਿ ਇਸ ਬਿਲਡਿੰਗ ਦੇ ਲਾਗੇ ਇੱਕ ਖੂਹੀ ਵੀ ਆ। ਅੱਛਾ। ਇੰਨੇ ਐਂਗਲ 'ਤੇ ਖੂਹੀ ਆ ਓਕੇ, ਅਤੇ ਉੱਥੇ ਮਾਤਾ ਖੀਵੀ ਜੀ ਲੰਗਰ ਛਕਾਉਂਦੀ ਹੁੰਦੀ ਸੀ, ਤਾਂ ਉਸ ਖੂਹੀ ਦਾ ਪਾਣੀ ਇਸਤੇਮਾਲ ਕਰਦੀ ਸੀ। ਮੇਰੇ ਨੌਲੇਜ 'ਚ ਉਹ ਨਹੀਂ ਸੀਗਾ, ਹੁਣ ਸਾਨੂੰ ਇਹ ਪਤਾ ਸੀ ਇਹ ਪੁਰਾਣੀ ਖੂਹੀ ਆ। ਠੀਕ। ਉਹ ਜੀ ਕਰਦਿਆਂ ਕਰਦਿਆਂ ਫਿਰ ਸਾਨੂੰ ਅਸੀਂ ਸਾਰਾ ਜਦੋਂ ਇਹ ਕਰਵਾਇਆ, ਅਤੇ ਉਹਨੇ ਫਿਰ 2015 ਦੇ ਸ਼ੁਰੂ ਦੇ ਵਿੱਚ ਸਾਨੂੰ ਪਰਮਿਸ਼ਨ ਤਾਂ ਦੇ ਦਿੱਤੀ ਵੀ ਇਹ ਉਹੀ ਬਾਰਾਂਦਰੀ ਆ। ਠੀਕ ਹੈ। ਉਹੀ ਖੂਹੀ ਆ ਜਿੱਥੋਂ ਗੁਰੂ ਅੰਗਦ ਦੇਵ ਜੀ ਯੋਗੀਆਂ ਦੇ ਨਾਲ ਵਾਰਤਾਲਾਪ ਕਰਦੇ ਹੁੰਦੇ ਸੀਗੇ। ਠੀਕ ਹੈ। ਜਿੱਥੇ ਸੰਗਤਾਂ ਨੂੰ ਸੰਬੋਧਨ ਕਰਦੇ ਹੁੰਦੇ ਸੀ, ਅਤੇ ਜਦੋਂ ਸੰਗਤਾਂ ਉੱਥੇ ਆਉਣੀਆਂ ਸ਼ੁਰੂ ਹੋ ਗਈਆਂ ਜੀ, ਅਤੇ ਮਾਤਾ ਖੀਵੀ ਜੀ ਨੇ ਉੱਥੇ ਫਿਰ ਛੋਟਾ ਜਿਹਾ ਲੰਗਰ ਬਣਾ ਲਿਆ, ਅਤੇ ਪਾਣੀ ਉਸ ਖੂਹ ਦਾ ਇਸਤੇਮਾਲ ਕਰਦੇ ਹੁੰਦੇ ਸੀ। ਇਹ ਉਹਨੇ ਵੇਰੀਫਿਕੇਸ਼ਨ ਕੀਤੀ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਲੈਬੋਰਟਰੀ ਸਕੇਟਾਂ ਦੀ ਟੈਸਟ ਕਰਕੇ, ਚੂਨੇ ਦੀ ਟੈਸਟ ਕਰਕੇ, ਅਤੇ ਉਹ ਸਾਰੀਆਂ ਜਦੋਂ ਹੋ ਗਿਆ, ਤਾਂ ਫਿਰ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਇਹ ਅਸੀਂ ਤੁਹਾਨੂੰ ਗੌਰਮੈਂਟ ਵੱਲੋਂ ਪੈਸੇ ਦਿੰਦੇ ਹਾਂ ਜੀ ਹੈਰੀਟੇਜ ਵਾਸਤੇ। ਤਾਂ ਮੈਂ ਬਾਬਾ ਜੀ ਨਾਲ ਗੱਲ ਕੀਤੀ, ਮੈਂ ਕਿਹਾ ਵੀ ਇਹ ਜੇ ਗੌਰਮੈਂਟ ਦੇ ਹਿਸਾਬ 'ਚ ਆ ਗਿਆ ਤਾਂ ਹੋ ਸਕਦਾ ਪਤਾ ਨਹੀਂ ਕਿੰਨਾ ਟਾਈਮ ਲੱਗੇ ਜਾਂ ਕਿੱਧਰ ਨੂੰ ਗੱਲ ਤੁਰ ਜਾਏ ਜੀ। ਵੈਸੇ ਉਹਨਾਂ ਨੂੰ ਕਹਿੰਦੇ ਵੀ ਪੈਸੇ ਅਸੀਂ ਆਪ ਲਾ ਲਾਂਗੇ। ਠੀਕ ਹੈ। ਇਹ ਉਹਨਾਂ ਨੂੰ ਬੇਨਤੀ ਕੀਤੀ, ਉਹ ਮੰਨ ਗਏ ਵੀ ਚਲੋ ਠੀਕ ਆ, ਵੀ ਅਸੀਂ ਸਰਕਾਰ ਵੱਲੋਂ ਜ਼ਰੂਰ ਪੈਸੇ ਦੇਣੇ ਆ। ਅਤੇ ਇਹ ਫਿਰ ਅਸੀਂ ਹੁਣ 18 ਜਨਵਰੀ ਨੂੰ ਉਹਦਾ ਸਾਰਾ ਹੀ ਕਰਕੇ ਜਿੱਦਾਂ ਉਹਨੇ ਸਾਨੂੰ ਕਿਹਾ, ਰਾਈਟ, ਆਰਕਿਓਲੋਜਿਸਟ ਨੇ ਉਸ ਡਿਪਾਰਟਮੈਂਟ ਨੇ ਕਿ ਇਹਨੂੰ ਇਸ ਤਰ੍ਹਾਂ ਕਰੋ, ਇਹਦੀ ਇਨਫੋਰਸਿੰਗ ਇੱਦਾਂ ਕਰਨੀ ਪੈਣੀ ਆ, ਇਹਨੂੰ ਕੋਈ ਹੱਥ ਨਾ ਲਾਵੇ, ਉਹ ਸਾਰਾ ਕਰਕੇ ਜੀ ਅਸੀਂ ਉਹਨਾਂ ਨੂੰ ਇਹ 18 ਜਨਵਰੀ 2016 ਨੂੰ ਉਹਨਾਂ ਨੂੰ ਪੂਰੇ ਕਾਗਜ਼ ਦੇ ਕੇ, ਅਤੇ ਉਸੇ ਦਿਨ ਅਸੀਂ ਉਹਦੀ ਓਪਨਿੰਗ ਕਰ ਦਿੱਤੀ। ਠੀਕ ਹੈ। ਅਤੇ ਉਹਦੇ ਵਿੱਚ ਇਹ ਮੈਂ ਸਮਝਦਾ ਕਿ ਇੱਕ ਤਾਂ ਇਹ ਸਿੱਖ ਜਗਤ ਵਾਸਤੇ ਬਹੁਤ ਵੱਡੀ ਗੱਲ ਆ, ਅਤੇ ਮੇਰਾ ਸਮਝ ਮੈਂ ਆਪਣਾ ਸਮਝਦਾ ਕਿ ਮੇਰੇ ਜੀਵਨ ਦੀ ਵੀ ਇੱਕ ਬਹੁਤ ਅੱਛੀ ਆ ਉਪਲਬਧੀ, ਐਨਸਾਈਕਲੋਪੀਡੀਆ ਲਿਖੇ ਮੇਰੀ ਉਪਲਬਧੀ, ਮੈਂ ਨਹੀਂ ਸੀ ਉਹਨੂੰ ਸਮਝਦਾ। ਠੀਕ। ਜਿਹਨਾਂ ਕੌਮਾਂ ਨੂੰ ਕਿਸੇ ਕੌਮ ਨੂੰ ਟੈਸਟ ਕਰਨਾ ਹੋਵੇ ਨਾ ਹਰਪ੍ਰੀਤ ਸਿੰਘ ਜੀ, ਪਹਿਲੀ ਤਾਂ ਉਹਦੀ ਦੇਖੀ ਜਾਂਦੀ ਵੀ ਉਹਦੇ ਧਰਮ ਦੀਆਂ ਕਦਰਾਂ ਕੀਮਤਾਂ ਕੀ ਆ। ਰਾਈਟ। ਕਦਰਾਂ ਕੀਮਤਾਂ ਸਾਡੇ ਕੋਲ ਸੀਗੀਆਂ, ਸੱਚ ਹੱਕ ਦੀ, ਸੱਚੀ ਸੱਚੀ ਕਿਰਤ ਕਰਨਾ, ਵੰਡ ਕੇ ਛਕਣਾ, ਸਰਬੱਤ ਦੇ ਭਲੇ ਦੀ ਗੱਲ ਕਰਨਾ, ਅਤੇ ਫਿਰ ਉਹਦੀ ਹਿਸਟਰੀ ਕੀ ਆ, ਹਿਸਟਰੀ ਵੀ ਸਾਡੇ ਕੋਲ ਚੰਗੀ ਸੀ। ਰਾਈਟ। ਅਸੀਂ ਕੁਰਬਾਨੀਆਂ ਕੀਤੀਆਂ ਮਨੁੱਖਤਾ ਵਾਸਤੇ, ਕਿਸੇ ਇਕੱਲੇ ਧਰਮ ਵਾਸਤੇ, ਇਕੱਲੇ ਮਨੁੱਖਤਾ ਵਾਸਤੇ, ਸਾਡੇ ਸਾਰਿਆਂ ਵਾਸਤੇ ਕੀਤੀਆਂ ਜੀ। ਇੱਕ ਸੀਗਾ ਕਿ ਉਸ ਕੌਮ ਦੇ ਕੋਲ ਕਲਚਰ ਦੀਆਂ ਵੈਲਿਊਜ਼ ਹੈਗੀਆਂ ਕਿ ਉਸ ਨੂੰ ਸੰਭਾਲ ਸਕ ਰਹੇ ਹੋ ਆਪਣੇ, ਉਹ ਸੰਭਾਲ ਸਕਦੇ ਆ ਵਿਰਾਸਤ ਨਾਲ ਆ ਗਏ। ਠੀਕ। ਕਿ ਉਹਨਾਂ ਦੇ ਪੁਰਖਿਆਂ ਨੇ ਕੀ ਕੀਤਾ, ਕੋਈ ਬਿਲਡਿੰਗਾਂ ਬਣਾਈਆਂ ਉੱਥੇ ਕੀ ਕੀਤਾ। ਰਾਈਟ। ਅਤੇ ਉਹ ਜਿਹੜੀ ਗੱਲ ਆ, ਮੈਨੂੰ ਉਹਦੇ ਉੱਤੇ ਮਾਣ ਬਹੁਤ ਸੀ ਕਿ ਜਿਹੜੀ ਕੌਮ ਆਪਣੇ ਪੁਰਖਿਆਂ ਦੇ ਵਿਰਸੇ ਦੇ ਜਾਂ ਉਹਦੇ ਹੈਰੀਟੇਜ ਦੀਆਂ ਬਿਲਡਿੰਗਾਂ ਦੇ ਉੱਤੇ ਉਹਦੀਆਂ ਕਦਰਾਂ ਕੀਮਤਾਂ 'ਤੇ ਪਹਿਰਾ ਦਿੰਦੀ ਆ, ਬਿਲਕੁਲ ਕੌਮ ਨੂੰ ਇਸ ਸੰਸਾਰ ਦੇ ਵਿੱਚ। ਬਹੁਤ ਖੂਬ ਜੀ। ਲੈਣੇ ਇੱਕ ਛੋਟੀ ਜਿਹੀ ਬ੍ਰੇਕ। ਮੁਬਾਰਕਬਾਦ ਤੁਹਾਨੂੰ ਕਿ ਤੁਸੀਂ ਕਾਮਯਾਬ ਰਹੇ ਇੱਕ ਹਿਸਟੋਰੀਕਲ ਬਿਲਡਿੰਗ ਨੂੰ ਬਚਾਉਣ ਦੇ ਵਿੱਚ, ਕਿਉਂਕਿ ਅਸੀਂ ਤਾਂ ਸੀਮਿੰਟ ਥੱਪ ਥੱਪ ਕੇ ਜਿੰਨੇ ਸਾਡੇ ਪੁਰਾਤਨ ਜੋ ਸਾਡਾ ਇਤਿਹਾਸ ਸੀ ਉਸ ਨੂੰ ਅਸੀਂ ਮੇਲ ਖਤਮ ਕਰ ਦਿੱਤਾ। ਬਾਬਾ ਅਟਲ ਦੀ ਗੱਲ ਕਰ ਲਓ ਜਾਂ ਹੋਰ ਥਾਵਾਂ ਦੀ ਗੱਲ ਕਰ ਲਓ, ਉਹ ਜਿਹੜੇ ਹੈਗੇ ਸੀ ਸਾਡੇ ਕੋਲ ਮੋਰਲਸ ਹੈਗੇ ਸੀ ਜਾਂ ਹੋਰ ਚੀਜ਼ਾਂ ਸੀ, ਅੱਜ ਨਹੀਂ ਮਿਲ ਰਹੀਆਂ ਸਾਨੂੰ। ਅੱਜ ਉਹਨਾਂ ਨੂੰ ਅਸੀਂ ਸੰਗੇ ਮਰਮਰ ਨਾਲ ਥੱਪਦਾ ਹੈ। ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆ ਕੇ ਹੁਣ ਇਸ ਨੂੰ ਕਿਵੇਂ ਤੁਸੀਂ ਪ੍ਰਿਜ਼ਰਵ ਕਰ ਰਹੇ ਹੋ, ਅੱਗੇ ਕੀ ਕੁਛ ਹੈਗਾ, ਇਸ ਬਾਰੇ ਜਾਣਕਾਰੀ ਲੈਣੀ ਸੀ। ਵੈਨਕੂਵਰ ਵਿੱਚ ਮਰੀਨ ਡਰਾਈਵ 'ਤੇ ਸਥਿਤ ਰੀਅਲ ਕੈਨੇਡੀਅਨ ਸੁਪਰ ਸਟੋਰ ਉਹ ਵਨ ਸਟਾਪ ਖਰੀਦਦਾਰੀ ਦਾ ਹੱਲ ਹੈ ਜਿੱਥੇ ਤੁਹਾਨੂੰ ਵੈਰਾਈਟੀ, ਵੈਲਿਊ ਅਤੇ ਹਰ ਕਿਸਮ ਦੀਆਂ ਸਾਊਥ ਏਸ਼ੀਅਨ ਸਪੈਸ਼ਲਿਟੀਜ਼ ਵਾਜਿਬ ਕੀਮਤਾਂ 'ਤੇ ਮਿਲਦੀਆਂ ਹਨ। ਸਾਫ਼ ਸੁਥਰੀਆਂ, ਹਾਈ ਕੁਆਲਿਟੀ ਤਾਜ਼ੀ ਸਬਜ਼ੀਆਂ, ਫਲ, ਬੇਕਰੀ, ਡੇਅਰੀ, ਰੈਗੂਲਰ ਅਤੇ ਭਾਰਤੀ ਗਰੋਸਰੀ ਇੱਥੇ ਉਪਲਬਧ ਹੈ। ਆਓ ਅਤੇ ਆ ਕੇ ਇੱਕੋ ਥਾਂ ਤੋਂ ਘਰ ਦੀ ਲੋੜ ਦੀ ਹਰੇਕ ਚੀਜ਼ ਲੈ ਜਾਓ। ਹੋਰ ਜਾਣਕਾਰੀ ਲਈ ਕਾਲ ਕਰੋ 604-322-3727। We cater to all your ethnic needs. Thank you for shopping at Superstore on Marine Drive. ਇਤਿਹਾਸ ਨਾਲ ਜੁੜਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਸੇ ਵੀ ਕੌਮ ਨੇ ਜੇਕਰ ਅੱਗੇ ਪ੍ਰੋਸਪਰ ਕਰਨਾ ਹੈ। ਇਸੇ ਨੂੰ ਮੁੱਖ ਰੱਖ ਕੇ ਜਿਸ ਤਰ੍ਹਾਂ ਡਾਕਟਰ ਰਘਵੀਰ ਸਿੰਘ ਬੇਨਜ਼ ਨੇ ਬ੍ਰੇਕ ਤੋਂ ਪਹਿਲਾਂ ਦੱਸਿਆ, ਜੋ ਇਹ ਉਪਲਬਧੀ ਕਰਕੇ ਆਏ ਨੇ,
ਹੁਣ ਕਿਸ ਤਰ੍ਹਾਂ ਇਸਨੂੰ ਪ੍ਰਿਜ਼ਰਵ ਕੀਤਾ ਜਾ ਰਿਹਾ ਕਿ ਕੀ ਕੁਛ ਹੋ ਰਿਹਾ ਆਓ ਇਸ ਬਾਰੇ ਕੁਛ ਜਾਣਕਾਰੀ ਲੈਂਦੇ ਜੀ ਡਾਕਟਰ ਸਾਹਿਬ ਹੁਣ ਫਰਦਰ ਕੀ ਹੋਏਗਾ ਜੀ ਕਿਸ ਤਰ੍ਹਾਂ ਤੁਸੀਂ ਫਰਦਰ ਇਸ ਤਰ੍ਹਾਂ ਉਹਨਾਂ ਨੇ ਸਾਨੂੰ ਕੁਛ ਇੰਸਟਰਕਸ਼ਨ ਡਾਇਰੈਕਸ਼ਨ ਦਿੱਤੀਆਂ ਠੀਕ ਹੈ ਕਿ ਇਹ ਜਿਹੜੀ ਆ ਬਿਲਡਿੰਗ ਇਹਨੂੰ ਹੱਥ ਨਹੀਂ ਲਾਉਣਾ ਜੀ ਇਹਨੂੰ ਘੜੀ ਘੜੀ ਇਹਦੇ ਵਿੱਚ ਕੋਈ ਚੀਜ਼ ਕਿੱਲ ਨਹੀਂ ਠੋਕਣਾ ਉਹ ਨਹੀਂ ਕਰਨਾ ਮੁਰੰਮਤ ਨਹੀਂ ਕਰਨੀ ਜੋ ਕੁਛ ਆ ਉਹ ਤੁਸੀਂ ਪੁੱਛ ਕੇ ਕਰਨਾ ਵੈਸੇ ਉਹਨਾਂ ਨੇ ਸਾਨੂੰ ਕਿਹਾ ਕਿ 1000 ਸਾਲ ਵਾਸਤੇ ਇਸ ਬਿਲਡਿੰਗ ਦੀ ਲਾਈਫ ਹੋਏਗੀ ਓਕੇ ਅਤੇ ਉਹ ਬਿਲਡਿੰਗ ਦੇ ਲਾਗੇ ਅਸੀਂ ਉੱਥੇ ਪ੍ਰਬੰਧ ਕਰਤੇ ਆ ਉਹਦੇ ਆਲੇ ਦੁਆਲੇ ਜੰਗਲੇ ਬਣਾਤੇ ਆ ਠੀਕ ਹੈ ਤਾਂ ਕਿ ਸਧਾਰਨ ਬੰਦਾ ਕਈ ਵਾਰ ਪ੍ਰਸ਼ਾਦ ਲਿਆ ਕਿਸੇ ਨੂੰ ਉਹ ਕਹਿੰਦਾ ਚਲੋ ਜੀ ਇੱਥੇ ਹੱਥ ਫੇਰ ਲਈਏ ਉਹ ਕਰ ਲਈਏ ਸਾਡੇ ਮਨ ਦੇ ਵਿੱਚ ਆਸਥਾ ਆ ਅਤੇ ਉਹ ਚੀਜ਼ ਤਾਂ ਇੱਕ ਤਾਂ ਅਸੀਂ ਕਰਤੀ ਆ ਜੀ ਇੱਕ ਕਿਸੇ ਪਾਸੇ ਕੋਈ ਤਰੇੜ ਆਉਣ ਦਾ ਅਸੀਂ ਕੋਈ ਖਦਸ਼ਾ ਰੱਖਿਆ ਹੀ ਨਹੀਂ ਆ ਜਿਵੇਂ ਜਿਵੇਂ ਮਹਿਕਮਾ ਸਾਨੂੰ ਕਹਿੰਦਾ ਰਿਹਾ ਉਸੇ ਤਰ੍ਹਾਂ ਕਰਤਾ ਇੱਕ ਉੱਥੇ ਫਿਰ ਸਾਡੇ ਜਿਹੜੇ ਆ ਹਰ ਵੇਲੇ ਪੈਰਾ ਹੋਏਗਾ ਠੀਕ ਹੈ ਤਾਂ ਕਿ ਇਸ ਕਿਸਮ ਦੀ ਬਿਲਡਿੰਗ ਨੂੰ ਕਿਸੇ ਮੀਂਹ ਨੇਰੀ 'ਚ ਹੋਰ ਕਿਸੇ ਚੀਜ਼ ਦੇ ਨਾਲ ਕੋਈ ਐਸੀ ਵੈਸੀ ਗੱਲ ਦੇ ਨਾਲ ਇਹਨੂੰ ਕਿਸੇ ਤਰ੍ਹਾਂ ਹੀ ਕੋਈ ਡਾਲਿਊਟ ਕਰਨ ਦੀ ਕੋਈ ਹੋਰ ਇਹਨੂੰ ਕੋਈ ਨੁਕਸਾਨ ਕਰਨ ਦੀ ਕੋਈ ਚੀਜ਼ ਨਾ ਹੋਵੇ ਦੂਸਰੇ ਪਾਸੇ ਖੂਹੀ ਆ ਖੂਹੀ ਬਹੁਤ ਡੂੰਘੀ ਆ ਅਤੇ ਖੂਹੀ ਨੂੰ ਵੀ ਅਸੀਂ ਇਸੇ ਤਰ੍ਹਾਂ ਜੋ ਜੋ ਸਿਸਟਮ ਸੀ ਉਸੇ ਤਰ੍ਹਾਂ ਦੀ ਉਹ ਖੂਹੀ ਜਿਹੜੀ ਆ ਉਸੇ ਤਰ੍ਹਾਂ ਹੀ ਉਹ ਹੈਰੀਟੇਜ ਮਹਿਕਮੇ ਨੇ ਆਰਕਿਓਲੋਜਿਸਟ ਨੇ ਉੱਥੇ ਖੜ੍ਹੇ ਹੋ ਕੇ ਅਤੇ ਉਹ ਵੀ 7-8 ਮਹੀਨੇ ਲੱਗੇ ਸਾਨੂੰ ਸੋ ਖੂਹੀ ਜਿਹੜੀ ਸੀ ਪਹਿਲਾਂ ਕਵਰਡ ਹੈਗੀ ਸੀ ਜੀ ਫਿਰ ਨਾ ਖੂਹੀ ਤਾਂ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਹਲੇ ਉੱਥੇ ਲੰਗਰ ਵੱਡਾ ਬਣ ਗਿਆ ਸੀਗਾ ਓਕੇ ਮਾਤਾ ਕੀ ਵੀ ਹਾਲ ਚੜ੍ਹਨਾ ਨਵਾਂ ਲੰਗਰ ਹਾਲ ਹੈ ਉਹ ਬਣ ਗਿਆ ਸੀਗਾ ਓਕੇ ਅਤੇ ਉਹ ਜਦੋਂ ਇਹਨਾਂ ਨੇ ਸਾਨੂੰ ਐਂਗਲ ਦੱਸੇ ਵੀ ਇੱਥੇ ਖੂਹੀ ਹੁੰਦੀ ਸੀ ਜਦੋਂ ਉਹ ਦੇਖਿਆ ਤਾਂ ਵਾਕਿਆ ਖੂਹੀ ਤਾਂ ਸੀਗੀ ਉੱਥੇ ਉਹਨੂੰ ਫਿਰ ਤੁਸੀਂ ਪੁੱਟਿਆ ਉੱਥੇ ਵੀ ਤਾਂ ਅਸੀਂ ਮਤਲਬ ਬੋਰੀਆਂ ਬਾਰੀਆਂ ਸਿੱਟੀਆਂ ਜਿੰਨਾ ਕੁ ਮਤਲਬ ਸੋਝੀ ਸੀਗੀ ਬੋਰੀਆਂ ਪਈਆਂ ਹੁੰਦੀਆਂ ਸੀ ਉਹ ਪਿਆ ਹੁੰਦਾ ਸੀ ਹੁਣ ਉਹਦੀ ਸੇਵਾ ਸੰਭਾਲ ਹੋ ਗਈ ਆ ਠੀਕ ਹੈ ਉਸੇ ਤਰ੍ਹਾਂ ਉਹਦੇ ਦੁਆਲੇ ਹੁਣ ਜੰਗਲੇ ਲਾਤੇ ਆ ਹਰ ਚੀਜ਼ ਆ ਪਹਿਰੇਦਾਰ ਹੋਏਗਾ ਕਿਸੇ ਕਿਸਮ ਦੀ ਉਸ ਚੀਜ਼ ਨੂੰ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੋਏਗੀ ਜੀ ਤਾਂ ਉਹਦਾ ਵੀ ਉਹ ਨਹੀਂ ਹੋ ਸਕਦਾ ਉਹਦੀ ਸਫਾਈ ਸਫੂਈ ਹੁਣ ਅਸੀਂ ਹੇਠੋਂ ਕਰਵਾ ਰਹੇ ਹਾਂ ਹੋ ਸਕਦਾ ਉਹਦੇ ਵਿੱਚੋਂ ਖੂਹੀ ਦੇ ਵਿੱਚੋਂ ਸਾਨੂੰ ਹੋਰ ਕੋਈ ਚੀਜ਼ਾਂ ਮਿਲ ਜਾਣ ਕੋਈ ਬਰਤਨ ਮਿਲ ਜਾਣ ਕੋਈ ਹੋਰ ਚੀਜ਼ਾਂ ਮਿਲ ਜਾਣ ਰਾਈਟ ਇਸ ਕਰਕੇ ਹੁਣ ਸੰਗਤਾਂ ਨੇ ਆਉਣਾ ਜਾਣਾ ਸ਼ੁਰੂ ਕਰਤਾ ਕਿਉਂਕਿ ਸੰਗਤਾਂ ਨੂੰ ਇਹ ਸੀਗਾ ਕਿ ਦੁਨੀਆ ਦੇ ਵਿੱਚ ਸਿੱਖ ਜਗਤ ਦੀ ਗੁਰੂ ਦੇ ਕਾ ਗੁਰੂ ਸਾਹਿਬ ਦੇ ਕਾਲ ਦੀ ਜਾਂ ਉਹਨਾਂ ਦੇ ਹੱਥਾਂ ਦੀ ਬਣੀ ਕੋਈ ਚੀਜ਼ ਮਿਲ ਜਾਏ ਅਤੇ ਉਹਦੀ ਗੱਲ ਹੋਰ ਹੁੰਦੀ ਆ ਜੀ ਅਤੇ ਹੁਣ ਸੰਗਤਾਂ ਨੇ ਆਉਣਾ ਸ਼ੁਰੂ ਕਰਤਾ ਉਹਦੇ ਨਾਲ ਆ ਕਿ ਸਾਡੇ ਜਿਹੜੇ ਕੱਲ੍ਹ ਦੇ ਵਾਰਸ ਆ ਸਾਡੇ ਬੱਚੇ ਆ ਉਹਨਾਂ ਦੇ ਮਨ 'ਚ ਵੀ ਮਾਣ ਹੋਏਗਾ ਕਿ ਸਾਡੇ ਗੁਰੂ ਦੀ ਨਿਸ਼ਾਨੀਆਂ ਇਸ ਕਿਸਮ ਦੀਆਂ ਨਿਸ਼ਾਨੀਆਂ ਨੂੰ ਅਸੀਂ ਕਾਇਮ ਰੱਖਣੀਆਂ ਔਰ ਇੱਥੇ ਜੋ ਸਿੱਧਾਂ ਦੇ ਨਾਲ ਹੋਰ ਗੋਸ਼ਟੀਆਂ ਹੁੰਦੀਆਂ ਰਹੀਆਂ ਸੰਗਤਾਂ ਨੂੰ ਸੰਬੋਧਨ ਕਰਦੇ ਰਹੇ ਉਹ ਜਿਹੜੀ ਆ ਸਾਡਾ ਜੀਵਨ ਵੀ ਉੱਦਾਂ ਦਾ ਚਾਹੀਦਾ ਰਾਈਟ ਅਸੀਂ ਨਸ਼ਿਆਂ ਤੋਂ ਦੂਰ ਚਾਹੀਦੇ ਹਾਂ ਸੱਚੀ ਸੁੱਚੀ ਕਿਰਤ ਕਰਨੀ ਚਾਹੀਦੀ ਆ ਸਰਬੱਤ ਦੇ ਭਲੇ ਦੀ ਗੱਲ ਨਿੱਜ ਦੇ ਭਲੇ ਦੀ ਨਹੀਂ ਸਰਬੱਤ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਆ ਸੋ ਇਸ ਤਰ੍ਹਾਂ ਦੀਆਂ ਉਹਦੇ ਨਾਲ ਭਾਵਨਾਵਾਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ 'ਚ ਪੈਦਾ ਹੋਣਗੀਆਂ ਸੋ ਸਕੋਲਰਲੀ ਅਪਰੋਚ ਜਿਹੜੀ ਤੁਹਾਡੀ ਹੈਗੀ ਹੈ ਇਹ ਤਾਂ ਹੁਣ ਬਹੁਤ ਵੱਡੀ ਉਪਲਬਧੀ ਹੋਈ ਪਰ ਇਸ ਨਾਲ ਜਿਹੜੇ ਇਹਦਾ ਇਤਿਹਾਸ ਹੈ ਕਿ ਇਸ ਨੂੰ ਵੀ ਥਰੂ ਬਰੋਸ਼ਰਸ ਬੁਕਲੈਟਸ ਰਾਹੀਂ ਅੱਗੇ ਦਰਸਾਇਆ ਜਾਏਗਾ ਕੁਝ ਉੱਥੇ ਲਿਖਿਆ ਜਾਏਗਾ ਅਸੀਂ ਉਹ ਤਿਆਰ ਕਰ ਰਹੇ ਹਾਂ ਅੱਛਾ ਇੱਕ ਮੈਂ ਗੱਲਬਾਤ ਛੇੜਨੀ ਚਾਹੁੰਦਾ ਲਾਗੇ ਭੋ ਰਹੇ ਆ ਅੱਛਾ ਜੀ ਜਿੱਥੇ ਆ ਕਿ ਉੱਥੇ ਗੁਰੂ ਸਾਹਿਬ ਨੂੰ ਜਿਹੜੇ ਜੋਗੀ ਮਿਲਣ ਆਉਂਦੇ ਸੀ ਜਾਂ ਗੁਰੂ ਸਾਹਿਬ ਵੀ ਆਪਣੀ ਕੋਈ ਭਜਨ ਬੰਦਗੀ ਕਰਦੇ ਹੁੰਦੇ ਸੀ ਉਹ ਭੋਰਿਆਂ ਦੇ ਉੱਤੇ ਹੁਣ ਚੜ ਗਿਆ ਆ ਸੀਮੈਂਟ ਵਗੈਰਾ ਓਕੇ ਅਸੀਂ ਉਹ ਹੁਣ ਡਿਪਾਰਟਮੈਂਟ ਦੇ ਨਾਲ ਸ਼ੁਰੂ ਕੀਤਾ ਕਿ ਜੇ ਸੀਮੈਂਟ ਉੱਤੋਂ ਉਤਾਰ ਕੇ ਉਹ ਜਿਹੜੀਆਂ ਓਰਿਜਨਲ ਬਿਲਡਿੰਗਸ ਆ ਭੋਰਿਆਂ ਦੀਆਂ ਉਹ ਵੀ ਤੁਸੀਂ ਕਰਦੇ ਹੋ ਉਹਨੂੰ ਹੋ ਸਕਦਾ ਟਾਈਮ ਲੱਗ ਜਾਏ ਮੇਰੇ ਜੀਵਨ ਦੇ ਵਿੱਚ ਹੋ ਨਾ ਸਕੇ ਲੰਬਾ ਪ੍ਰੋਸੈਸ ਲੰਬਾ ਅਤੇ ਅਸੀਂ ਹੁਣ ਉਹ ਪ੍ਰੋਸੈਸ ਵੀ ਸ਼ੁਰੂ ਕਰ ਦਿੱਤਾ ਠੀਕ ਤਾਂ ਕਿ ਇਹ ਜਿਹੜੀ ਸਾਡੀ ਵਿਰਾਸਤ ਆ ਇਹ ਸੰਸਾਰ ਦੇ ਸਾਹਮਣੇ ਪੇਸ਼ ਹੋਵੇ ਅਤੇ ਸਾਨੂੰ ਉਸ ਵਿਰਸੇ ਦੇ ਵਿਰਾਸਤ ਦੇ ਉੱਤੇ ਮਾਣ ਰਵੇ ਬਹੁਤ ਖੁਸ਼ ਜੀ ਸੋ ਮੁਬਾਰਕਬਾਦ ਇਸ ਉਪਲਬਧੀ ਲਈ ਦੂਸਰੇ ਪਾਸੇ ਪੰਜਾਬ ਤੋਂ ਤੁਸੀਂ ਆਏ ਹੋ ਥੋੜ੍ਹਾ ਜਿਹਾ ਹਾਲਾਤ ਕੀ ਨੇ ਉੱਥੇ ਡਰੱਗਸ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਕੋਈ ਫਰਕ ਪਿਆ ਉੱਥੇ ਜਾਂ ਹਾਲਾਤ ਨਹੀਂ ਦੇਖੋ ਜੀ ਹਾਲਾਤ ਤਾਂ ਸਾਰੀ ਦੁਨੀਆ 'ਚ ਨਸ਼ਿਆਂ ਨੇ ਤਾਂ ਸਾਰੀ ਦੁਨੀਆ ਨੂੰ ਘੇਰੇ 'ਚ ਲੈ ਲਿਆ ਅਤੇ ਪੰਜਾਬ ਉਹਦੇ ਕੋਈ ਵੱਖਰਾ ਨਹੀਂ ਆ ਹਿੰਦੁਸਤਾਨ ਵੱਖਰਾ ਨਹੀਂ ਆ ਰਾਈਟ ਇਹ ਵੀ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹੁਣ ਕੁਝ ਹੈ ਅਸੀਂ ਨਹੀਂ ਗੱਲ ਪਏ ਬੰਦੇ ਹੈ ਨਹੀਂ ਆ ਜੀ ਕੁਝ ਹੈਗੀਆਂ ਔਰਗਨਾਈਜੇਸ਼ਨ ਜਿਹੜੀਆਂ ਡਟ ਕੇ ਲੱਗੀਆਂ ਆ ਸਰਕਾਰਾਂ ਕਈ ਵਾਰ ਇੰਟਰਸਟ ਲੈ ਲੈਂਦੀਆਂ ਕਈ ਵਾਰ ਨਹੀਂ ਲੈਂਦਾ ਕਿ ਸਿਆਸੀ ਜਿਹੜੇ ਆ ਉਹ ਹੋਰ ਗੱਲਾਂ ਆਉਂਦੀਆਂ ਜੀ ਅਤੇ ਧਾਰਮਿਕ ਅਦਾਰੇ ਵੀ ਹੈਗੇ ਆ ਪਰ ਜੋ ਹੋਣਾ ਚਾਹੀਦਾ ਸੀਗਾ ਐਜ਼ ਸਿੱਖ ਮੈਂ ਕਹਿਣ ਲੱਗਾ ਗੱਲ ਜੀ ਕਿ ਨਸ਼ਿਆਂ ਦੀ ਸਾਨੂੰ ਮਨਾਹੀ ਆ ਬੁਰਾਈ ਜਿਹੜੀ ਆ ਸੋਸ਼ਲ ਸਿਸਟਮ ਦੇ ਵਿੱਚ ਆ ਸੋਸ਼ਲ ਈਵਲਸ ਉਹ ਖਤਮ ਕਰਨੇ ਚਾਹੀਦੇ ਆ ਜੀ ਅਤੇ ਉਹਨਾਂ ਤੋਂ ਅਸੀਂ ਥੋੜ੍ਹਾ ਜਿਹਾ ਹਾਲੇ ਹੈ ਅਤੇ ਉਹ ਚਿੰਤਤ ਆ ਰਾਈਟ ਪਰ ਮੇਰੇ ਮਨ ਦੇ ਵਿੱਚ ਆ ਜੀ ਕਿ ਸਿੱਖ ਅਸੂਲਾਂ ਨੂੰ ਕੋਈ ਖਤਰਾ ਨਹੀਂ ਅਸੂਲ ਤਾਂ ਹੈਗੇ ਆ ਰਾਈਟ ਤਾਂ ਸਿੱਖ ਅਸੂਲਾਂ ਦੇ ਜਿਹੜੇ ਅੱਗੇ ਉਹਨਾਂ ਵਾਲੇ ਆ ਉਹਨਾਂ ਦੇ ਵਿੱਚ ਥੋੜ੍ਹੀ ਥੋੜ੍ਹੀ ਗੜਬੜ ਹੋ ਸਕਦੀ ਆ ਉਮੀਦ ਆ ਰਾਈਟ ਹੋ ਜਾਏਗਾ ਇਹ ਹਵਾ ਜਿਹੜੀ ਝੋਲਾ ਸੀ ਨਾ ਆਇਆ ਸੀਗਾ ਜੀ ਇਹ ਵਾਪਸ ਆ ਜਾਣਾ ਬਹੁਤ ਖੂਬ ਅਤੇ ਮੈਂ ਉਮੀਦ ਕਰਦਾ ਕਿ ਪਰਮਾਤਮਾ ਬਖਸ਼ਿਸ਼ ਕਰੇ ਰਾਈਟ ਅਸੀਂ ਗੁਰੂਆਂ ਪੀਰਾਂ ਦੀਆਂ ਜੋ ਸਾਨੂੰ ਹੁਕਮ ਕੀਤੇ ਸੀ ਉਹਨਾਂ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰੀਏ ਰਾਈਟ ਤਾਂ ਉਮੀਦ ਆ ਕਿ ਅਸੀਂ ਫਿਰ ਮੋੜ ਉੱਚੀ
ਜਦੋਂ ਆਚਰਨ ਕੌਮ ਦਾ ਬਣ ਗਿਆ ਤੇ ਸਭ ਕੁਝ ਸੰਸਾਰ ਦੇ ਵਿੱਚ ਭਲਾ ਭਲਾ ਹੋਇਆ ਨਾ ਸਵਾਦਾ ਭਲੇ ਵਾਲੀ ਗੱਲ ਹੋਣੀਆਂ ਬਹੁਤ ਵਧੀਆ ਆਪ ਬਦਲੀਏ ਸੰਸਾਰ ਬਦਲ ਜਾਏਗਾ ਮੈਂ ਤੇ ਇਹ ਨਾਰਾ ਦਿੰਦਾ ਵੀ ਇਹ ਸੰਸਾਰ ਦੇ ਲੋਕੋ ਖੁਦ ਬਦਲੋ ਬਿਲਕੁਲ ਸੰਸਾਰ ਜ਼ਰੂਰ ਬਦਲ ਜਾਏਗਾ ਤੁਹਾਡਾ ਧੰਨਵਾਦ ਜੀ ਸਾਨੂੰ ਮਾਣ ਹੈ ਕਿ ਸਾਡੇ ਕੋਲ ਤੁਹਾਡੇ ਵਰਗੇ ਐਸੀਆਂ ਸ਼ਖਸੀਅਤਾਂ ਨੇ ਜਿਹੜੇ ਕਿ ਕੌਮ ਬਾਰੇ ਸੋਚਦੀਆਂ ਹੈਗੀਆਂ ਨੇ ਅਤੇ ਕੁਝ ਨਾ ਕੁਝ ਤੁਸੀਂ ਉਪਰਾਲੇ ਕਰਦੇ ਰਹਿੰਦੇ ਹੋ ਧੰਨਵਾਦ ਤੁਹਾਡਾ ਅਤੇ ਤੁਹਾਡੀ ਕਿਤਾਬ ਨੂੰ ਵੀ ਅਸੀਂ ਵੇਟ ਕਰ ਰਹੇ ਹਾਂ ਛੇਤੀ ਉਹ ਵੀ ਆਏ ਜਿਸ ਦੇ ਬਾਰੇ ਤੁਸੀਂ ਸਾਡੇ ਨਾਲ ਜ਼ਿਕਰ ਕੀਤਾ ਅਤੇ ਆਸ ਕਰਦੇ ਹਾਂ ਛੇਤੀ ਉਹ ਕਿਤਾਬ ਆਏ ਅਸੀਂ ਹੋਰ ਕੁਝ ਸਿੱਖੀਏ ਉਹ ਤੋਂ ਧੰਨਵਾਦ ਥੈਂਕ ਯੂ